ਜਿਹੜੀ ਪਾਰਟੀ ਫਿਲਮ ਸਾਡੀ ਕੱਲ੍ਹ ਰਿਲੀਜ਼ ਹੋ ਰਹੀ ਹੈ ਫਰਾਈਡੇ ਨੂੰ, ਔਰ ਜਿੱਦਾਂ ਕਿ ਤੁਸੀਂ ਦੇਖ ਪਾ ਰਹੇ ਹੋ ਸਾਰੀ ਸਟਾਰਕਾਸਟ ਆਲਮੋਸਟ ਸਟਾਰਕਾਸਟ ਇੱਥੇ ਹੈ, ਬਟ ਸਟਿਲ ਵੀ ਆਰ ਮਿਸਿੰਗ ਅਵਰ ਬਿਊਟੀਫੁਲ ਐਂਡ ਵੈਰੀ ਟੈਲੈਂਟਡ ਐਕਟਰਸ ਲਾਈਕ ਜਸਵਿੰਦਰ ਭੱਲਾ ਜੀ, ਉਪਾਸਨਾ ਜੀ, ਅਨੀਤਾ ਦੇਵਗਨ ਜੀ, ਰਾਣਾ ਰਣਵੀਰ ਭਾਜੀ, ਸਾਡੇ ਇਲਾਵਾ ਉਹ ਵੀ ਇਸ ਫਿਲਮ ਦੇ ਵਿੱਚ ਨੇ। ਔਰ ਅੱਜ ਕੱਲ੍ਹ ਦੀ ਕਹਾਣੀ ਇਹਦੇ ਵਿੱਚ ਬੇਸਿਕਲੀ ਐਜ਼ ਅ ਡਾਇਰੈਕਟਰ ਐਂਡ ਰਾਈਟਰ ਮੈਂ ਚਾਹੁੰਦਾ ਸੀ ਕਿ ਕੈਰੈਕਟਰ ਬੇਸਿਕ ਫਿਲਮ ਬਣਾਵਾਂ ਜਿਹਦੇ ਸਾਰੇ ਕਿਰਦਾਰ ਆਪਣਾ ਆਪਣਾ ਰੋਲ ਪਲੇ ਕਰ ਸਕਣ, ਨਾ ਕਿ ਕੋਈ ਹੀਰੋ ਹੋਵੇ ਕੋਈ ਹੀਰੋਇਨ ਹੋਵੇ। ਸੋ ਇਹਦੇ ਵਿੱਚ ਵੀ ਸਾਰੇ ਕਿਰਦਾਰ ਨੇ, ਸਾਰੀ 3 ਅਲੱਗ ਤਰ੍ਹਾਂ ਦੀ ਫੈਮਿਲੀਜ਼ ਨੇ, ਉਹ ਕਿੱਦਾਂ ਮਿਲਦੀਆਂ ਨੇ, ਕਿੱਦਾਂ ਇਹ ਸਭ ਹੁੰਦਾ ਹੈ, ਇਟਸ ਅਬਾਊਟ ਦੈਟ। ਬੇਸਿਕਲੀ ਚਾਰ ਸਾਡੀ ਜਿਹੜੀ ਲੇਡੀਜ਼ ਨੇ ਉਹ ਇਹਦੀ ਮੇਨ ਲੀਡ ਨੇ, ਮਨੀ ਪੋਪਰਾ ਜੀ, ਨੀਲੂ ਕੋਹਲੀ ਜੀ, ਅਨੀਤਾ ਦੇਵਗਨ ਜੀ ਅਤੇ ਉਪਾਸਨਾ ਸਿੰਘ ਜੀ ਅਤੇ ਸਤਵੰਤ ਕੌਰ ਜੀ। ਅਤੇ ਪੰਜੋ ਕਿੱਦਾਂ ਗਿੱਟੀ ਪਾਰਟੀ ਖੇਡਦੀਆਂ ਨੇ, ਤਬੋਲਾ ਖੇਡਦੀਆਂ ਨੇ, ਕਮੇਡੀਆਂ ਪਾਉਂਦੀਆਂ ਨੇ, ਔਰ ਪੈਸੇ ਡਬਲ ਕਰਨ ਦੇ ਚੱਕਰ ਵਿੱਚ, ਕਿਉਂਕਿ ਹਰ ਮੈਨੂੰ ਲੱਗਦਾ ਕਿ ਇੱਕ ਘਰ ਦੇ ਵਿੱਚ ਹੁੰਦਾ ਹੈ ਕਿ ਜਿਵੇਂ ਆਪਣੇ ਹਸਬੈਂਡ ਨੂੰ ਕੁਛ ਕਰਕੇ ਦਿਖਾਵਾਂ ਕਿ ਮੈਂ ਡਬਲ ਕਰ ਦਾਂਗੀ ਅਤੇ ਮੇਰੀ ਇੱਜ਼ਤ ਮਾਨ ਹੋਰ ਬਚੇਗਾ, ਉਹ ਚੱਕਰ ਵਿੱਚ ਜਦੋਂ ਡਬਲ ਕਰਦੀਆਂ ਨੇ ਅਤੇ ਆਹ ਸਾਡੇ ਨਾਲ ਜਿਹੜੀ ਮੋਮੋ ਠੱਗਣੀ ਬੈਠੀ ਹੈ ਸਾਡੀ, ਇਹ ਉਹਨਾਂ ਦੇ ਪੈਸੇ ਲੈ ਕੇ ਡਬਲ ਕਰਨ ਦੇ ਚੱਕਰ ਜਿਵੇਂ ਭੱਜ ਜਾਂਦੀ ਹੈ, ਔਰ ਫਿਰ ਉਹ ਗੋਆ ਜਾਂਦੀ ਉਹਨਾਂ ਨੂੰ ਫੜਨ। ਸੋ ਇਹ ਸਟੋਰੀ ਕੁਝ ਇਸ ਤਰ੍ਹਾਂ ਦੀ, ਔਰ ਬਾਕੀ ਮੇਰੇ ਨਾਲ ਸਾਰੀ ਸਟਾਰਕਾਸਟ ਇੱਥੇ ਹੈ। ਸੋ ਮੈਂ ਮੁੱਕੀ ਭਾਜੀ ਨੂੰ ਪਲੀਜ਼ ਦਾਂਗਾ। ਥੈਂਕ ਯੂ ਜੀ। ਔਰ ਬਾਕੀ ਫਿਲਮ ਬਾਰੇ ਤੁਹਾਨੂੰ ਜਿੱਦਾਂ ਨਾਮ ਉਹਨਾਂ ਨੇ ਦੱਸ ਦਿੱਤਾ, ਛੋਟੀ ਜਿਹੀ ਗੱਲ ਇਹ ਹੈ ਕਿ ਘਰਾਂ ਦੇ ਵਿੱਚ ਸਾਡੇ ਮਿਡਲ ਕਲਾਸ ਫੈਮਿਲੀਜ਼ ਜਿੱਥੋਂ ਅਸੀਂ ਆਉਂਦੇ ਹਾਂ, ਜਾਂ ਲੋਅਰ ਮਿਡਲ ਕਲਾਸ ਫੈਮਿਲੀਜ਼ ਜੋ ਸਾਡਾ ਬੇਸ ਹੈ ਹਿੰਦੁਸਤਾਨ ਦੀ 80% ਫੈਮਿਲੀਜ਼ ਦਾ, ਔਰ ਇਹਦੇ 'ਚ ਕੋਈ ਐਸੀ ਗੱਲ ਨਹੀਂ ਹੈ ਕਿ ਅਸੀਂ ਲੇਡੀਜ਼ ਨੂੰ ਬਲੇਮ ਕਰ ਰਹੇ ਹਾਂ। ਲੇਡੀਜ਼ ਘਰ ਚਲਾਉਂਦੀਆਂ ਨੇ, ਉਹਨਾਂ ਦੀ ਮੈਂਟੈਲਿਟੀ ਹੁੰਦੀ ਹੈ ਕਿ ਘਰ ਦੀ ਬਿਹਤਰੀ ਵਾਸਤੇ ਕੀ ਕੀਤਾ ਜਾਏ ਕਿ ਘਰ 'ਚ ਕੁਛ ਐਕਸਟਰਾ ਆ ਜਾਵੇ। ਉਹਦੇ ਵਿਚਾਰੀਆਂ ਐਡੀਆਂ ਇਨਵੋਲਵ ਹੁੰਦੀਆਂ ਘਰ ਦੀ ਇਕਨੋਮੀ ਨੂੰ ਲੈ ਕੇ, ਜੇ ਕਿਤੇ 2100 ਰੁਪਏ ਦਾ ਸੈਕਲ ਪਾਉਣਾ ਹੋਵੇ ਵਿਆਹ ਤੇ, ਔਖੀਆਂ ਹੋ ਕੇ ਭਾਵੇਂ 4200 ਰੁਪਏ ਦਾ ਖਾ ਗਿਆ, ਉਹ ਹਿਸਾਬ ਪੂਰਾ ਕਰਨਾ ਹੁੰਦਾ ਵਿਆਹ ਦੇ ਕੇ। ਐਕਸਟਰਾ ਸੈਕਲ ਤੋਂ 2100 ਪਾਇਆ ਤੇ 4200 ਕਿਵੇਂ ਪੂਰਾ ਕਰਨਾ, ਬੱਚਿਆਂ ਨੇ ਚਪੇੜਾ ਮਾਰ ਮਰ ਜਾਣੇ ਪਾਲਿਆ ਟਿੱਕੀਆਂ, ਤੈਨੂੰ ਕਿਆ ਕਹਿੰਦਾ ਮੈਂ ਨਹੀਂ ਜਾਣੇ ਟਿੱਕੀਆਂ, ਫਿਰ ਮਾਰ ਮਾਰ ਕੇ ਟੋਕੀਆਂ, ਉਤੋਂ ਕਾਂਜੀ ਪਿਆ ਦੇਣੀ ਉਹਨੂੰ ਟਿੱਕੀਆਂ ਦੇ ਉੱਪਰ, ਉਤੋਂ ਕਿਹੜਾ ਗੁਲਾਬ ਜਾਮਣ ਖਾ, ਪੈਸੇ ਪੂਰੇ ਕਰਨੇ ਹੁੰਦੇ ਨੇ। ਸੋ ਏਦਾਂ ਹੀ ਸਾਡੀਆਂ ਲੇਡੀਜ਼ ਨੇ ਜਲਦੀ ਬਾਬਿਆਂ ਦੇ ਚੱਕਰ 'ਚ ਫਸ ਜਾਂਦੀਆਂ, ਘਰੇ ਗੋਲਡ ਕਲੀਨ ਕਰਨ ਆਏ ਗੋਲਡ ਹੀ ਉਹਨਾਂ ਦਾ ਸਾਫ਼ ਕਰਕੇ ਲੈ ਜਾਂਦੇ ਨੇ। ਸੋ ਜ਼ਿਆਦਾ ਲੇਡੀਜ਼ ਇਸ ਚੱਕਰ 'ਚ ਫਸਦੀਆਂ। ਸਾਡੀ ਫਿਲਮ ਦਾ ਬੇਸ ਵੀ ਇਹੀ ਹੈ ਕਿ ਇੱਕ ਨਵੀਂ ਤਰ੍ਹਾਂ ਦਾ ਬਿਜ਼ਨਸ ਮੋਮੋ ਠੱਗਣੀ ਯਾਨੀ ਕਰਨਾ ਦਾ ਲੋੜਾ, ਸਾਡੀਆਂ ਲੇਡੀਜ਼ ਨੂੰ ਗੁੰਮਰਾਹ ਕਰਦੀ, ਤੁਹਾਡੇ ਪੈਸੇ ਡਬਲ ਕਰ ਦੇਣਗੇ, ਔਰ ਉਹਦੇ ਵਿੱਚ ਕਿਵੇਂ ਸਾਡੀਆਂ ਲੇਡੀਜ਼ ਫਸਦੀਆਂ ਨੇ ਇਹਦੇ ਵਿੱਚ, ਔਰ ਕਿਵੇਂ ਫਿਰ ਉਹ ਸੋਟ ਆਊਟ ਹੁੰਦਾ ਸਾਰਾ ਕੁਛ, ਇਹ ਸਾਰਾ ਫਿਲਮ ਹੈ ਸਾਡੀ। ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਮੀਡੀਆ ਨੂੰ ਔਰ ਲੋਕਾਂ ਨੂੰ ਬਹੁਤ ਜ਼ਿਆਦਾ ਇਹ ਡਿਮਾਂਡ ਸੀ ਲੋਕਾਂ ਦੀ ਕਿ ਵਿਮੈਨ ਓਰੀਐਂਟਡ ਸਿਨੇਮਾ ਕਿਉਂ ਨਹੀਂ ਪੰਜਾਬ 'ਚ ਹੁੰਦਾ। ਸੋ ਮੇਰੇ ਖਿਆਲ ਨਾਲ ਪਿੱਛੇ ਵੀ 1-2 ਕੋਸ਼ਿਸ਼ਾਂ ਹੋਈਆਂ ਨੇ, ਪਰ ਕਾਮੇਡੀ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਕਿ ਅਸੀਂ ਸਾਰੇ ਜਿੰਨੇ ਵੀ ਕਮੇਡੀਅਨ ਆ, ਮੈਂ ਭੱਲਾ ਸਾਹਿਬ ਆ, ਸੰਘਾ ਨਾਲ ਸਾਡਾ ਹੋਰ ਵੀ ਜਿੰਨੇ ਅਸੀਂ ਆਰਟਿਸਟ ਆ, ਰਾਣਾ ਰਣਵੀਰ, ਅਸੀਂ ਸਾਰੇ ਬੀਬੀਆਂ ਦੇ ਪਿੱਛੇ ਪਿੱਛੇ ਤੁਰੇ ਫਿਰਦੇ, ਲੀਡ ਇਹ ਕਰ ਰਹੀਆਂ ਨੇ। ਸੋ ਮੇਰੇ ਖਿਆਲ ਨਾਲ ਸਿਨੇਮਾ ਦੇ ਵਿੱਚ ਇੱਕ ਨਵੀਂ ਚੀਜ਼ ਹੈ ਜੀ, ਅਤੇ ਸਿਨੇਮਾ ਹਰ ਤਰ੍ਹਾਂ ਦਾ ਟਰਾਈ ਹੋ ਰਿਹਾ, ਔਰ ਇਹ ਇੱਕ ਨਵੀਂ ਤਰ੍ਹਾਂ ਦਾ ਐਕਸਪੈਰੀਮੈਂਟ ਹੈ। ਥੈਂਕ ਯੂ ਜੀ। ਮੈਂ ਚਾਹਾਂਗਾ ਕਿ ਇੱਧਰ ਸਾਡੇ ਸੀਨੀਅਰ ਆਰਟਿਸਟ ਨੀਲੂ ਕੋਹਲੀ ਜੀ ਬੈਠੇ ਨੇ, ਦੋ ਨਾਲ ਸਲੋਰੀ ਤੁਹਾਡੇ ਨਾਲ ਸਾਂਝੇ ਕਰਨ, ਉਸ ਤੋਂ ਬਾਅਦ ਵਾਰੀ ਵਾਰੀ ਸਾਰੇ ਗੱਲ ਕਰਦੇ ਹਾਂ। ਤੁਹਾਡੇ ਤੋਂ ਬਾਅਦ ਜੇ ਮੈਨੂੰ ਸੀਨੀਅਰ ਆਰਟਿਸਟ ਕਿਹਾ ਗਿਆ ਤੇ ਸੀਨੀਅਰ ਸਿਟੀਜ਼ਨ ਨਹੀਂ ਕਿਹਾ ਜੀ, ਸੀਨੀਅਰ ਆਰਟਿਸਟ ਮਤਲਬ ਜੇ ਨਾ ਸੀਨੀਅਰ ਆਰਟਿਸਟ ਮੈਨੂੰ ਕਵੇ ਤੇ ਮੇਰੇ ਵਾਸਤੇ ਬੜੀ ਮਾਣ ਦੀ ਗੱਲ ਹੈ। ਆਈ ਟੇਕ ਇਟ ਇਨ ਦ ਰਾਈਟ ਸੈਂਸ। ਫਿਲਮ ਦੇ ਬਾਰੇ ਕੀ ਕਹਾਂ, ਬਸ ਇੰਨਾ ਹੀ ਕਹਿਣਾ ਕਿ ਮੇਰੀ ਤਾਂ ਡੈਬਿਊ ਹੈ ਬਾਈ ਇਸ ਉਮਰ ਵਿੱਚ, ਇੱਕ ਪਲੈਟਫਾਰਮ ਮਿਲਿਆ, ਅਤੇ ਜਿੱਦਾਂ ਮੈਂ ਸਵੇਰੇ ਵੀ ਕਹਿ ਰਹੀ ਸੀ ਕਿ ਇੱਕ ਪੋਸਟਰ ਜਦੋਂ ਬਣਦਾ ਹੈ ਨਾ, ਅਤੇ ਜਦੋਂ ਇੱਕ ਐਕਟਰ ਆਪਣੇ ਆਪ ਨੂੰ ਉਸ ਪੋਸਟਰ ਵਿੱਚ ਦੇਖਦਾ ਹੈ ਨਾ, ਤਾਂ ਉਹਨੂੰ ਬੜਾ ਮਾਣ ਹੁੰਦਾ ਆਪਣੇ ਉੱਪਰ। ਅਤੇ ਮੈਂ ਜਿਸ ਪੋਸਟਰ 'ਚ ਆ, ਉਹ ਦੈਟ ਇਜ਼ ਫੁੱਲ ਆਫ ਲੈਜੈਂਡਸ। ਉਸ ਪੋਸਟਰ ਵਿੱਚ ਆਪਣੇ ਆਪ ਨੂੰ ਦੇਖਣਾ ਮੇਰੇ ਵਾਸਤੇ ਇੱਕ ਬਹੁਤ ਵੱਡੀ ਗੱਲ ਹੈ। ਬਾਲੀਵੁੱਡ ਫਿਲਮਾਂ ਕੀਤੀਆਂ ਨੇ, ਪਰ ਬਾਲੀਵੁੱਡ ਵਿੱਚ ਕਦੇ ਇੰਨਾ ਨਹੀਂ ਮਿਲਿਆ ਜੋ ਮੈਨੂੰ ਇੱਧਰ ਆ ਕੇ ਮਿਲਿਆ ਹੈ। ਬਾਲੀਵੁੱਡ ਵੀ ਮੈਂ ਬਹੁਤ ਲੇਟ ਸ਼ੁਰੂ ਕੀਤਾ ਹੈ, ਠੀਕ ਹੈ, ਟੀ ਵੀ ਬਹੁਤ ਕੀਤਾ, ਟੀ ਵੀ 'ਚ ਇੱਕ ਮੁਕਾਮ ਬਣਾਇਆ, ਰੱਬ ਵਾਸ ਕਾਇੰਡ ਇਨਫ ਗ੍ਰੈਟੀਟਿਊਡ ਫੋਰ ਦੀ ਯੂਨੀਵਰਸ। ਪਰ ਇਹ ਮੇਰੀ ਜਿਹੜੀ ਜਰਨੀ ਸ਼ੁਰੂ ਹੋਈ ਹੈ, ਇਹ ਇਸ ਤੋਂ ਵਧੀਆ ਜਰਨੀ ਸ਼ੁਰੂ ਹੋ ਨਹੀਂ ਸਕਦੀ ਸੀ ਮੇਰੇ ਵਾਸਤੇ। ਅਤੇ ਆਈ ਥੈਂਕ ਨਵ, ਟੋਟਲ ਥੈਂਕਸ ਟੂ ਨਵ ਫੋਰ ਫਾਈਂਡਿੰਗ ਮੀ ਐਂਡ ਪੁਟਿੰਗ ਮੀ ਐਂਡ ਪੈਡਿੰਗ ਮੀ ਅਪ ਵਿਦ ਇੰਨੇ ਇੰਨੇ ਜਿਹੜੇ ਲੈਜੈਂਡਰੀ ਐਕਟਰਸ ਨੇ। ਥੈਂਕ ਯੂ ਅਰੀ ਜੀ ਫੋਰ ਹੈਵਿੰਗ ਮੀ ਔਨ ਬੋਰਡ,
और मेरे वास्ते बहुत मन की गल सी और मैं बस इन्ना चाहती हाँ कि मैनू इतने प्यार मिले एक्सेप्टेंस मिले बस यही चाह है. थैंक यू सो मच. बहुत कुछ बोल दिता हूँ कि It's a great comeback for Mani Boparai also. So, a few words. Thank you, Ji. Sashikal, Sare Janyanu. Movie बहुत ही प्यारा मैसेज लेके आ रही है. खुशी तो है ही है कि बहुत हादसा है इस मूवी के विच, बट नाल नाल एक मैसेज भी है कि अजकल आप सोशल मीडिया से भज के कोई साड़ी पिक्चर लाइक कर देता है या कोई सानू भज के यू नो मिलना चाहता है ना लोगों पर विश्वास कर लग गया तो भज के उन्होंने साड़ी कोई फोटो लाइक कर देता खुश हो जाते हैं. तो बहुत प्यारा मैसेज है इस कि जल्दी तो जल्दी स्ट्रेंजर पर विश्वास ना करो क्योंकि बहुत फेक आइडिया होंगे. तो साड़ी मूवी ठगनी पे साड़ी ठगनी वो बैठी है जिन्हें सानू ठगिया बट मूवी देखो जी कितने असी ना इन्हों ठग लिता हो. थैंक यू जी. और अगला संगा साड़ी पंजाबी सिनेमा की नवी खोज है थोड़े सालों तो बहुत एक्टिवली काम कर रहे जी. सो सच वंडरफुल एक्टर कॉमिक टाइमिंग स्टाइल सब कुछ है सर जिंदाबाद ही है. सत श्री अकाल जी. मेरे वाले तुम सारे बस मेरा कैरेक्टर जो है जितना भी मेरी हिंदी फिल्म का कैरेक्टर सो मैं इस फिल्म से मास्टर का रोल किया जी. तो मेरे अपोजिट जो मैं तुम ना दस ना ही सुन के असला पढ़ इन्होंने तिना एक कल तो मेरा ख्याल नीता देवगन बनती है. सो नीता देवगन जी मेरे अपोजिट है. सो मैं मास्टर का रोल किया तो मास्टर तुम्हें पता ही है जी मास्टर सरकार ने भी दबाया है तो उत्तों घर वाली भी दब ली है तो भाई कि मास्टर फिर बचे है ही है कख नहीं रह जाता. सो जो बच बचा के तनखाह मारी होंगी है तो कहते थोड़े बहुत पैसे बचाए होंगे वो सानू ठग मैनू ठग के और अगे जाके इनू देते हैं ये ठग के लेंगे जो पता लगता तो फिर बड़ा एक कॉमेडी क्रिएट होंगी है. मेरी भेजी का जोर बैठी भारती जी मनी गुप्ता राय और दुष्पिंदर भला जी की प्रकाश राजी बहुत वीडियो के कॉमेडी ट्रैक है और तुम सारे कहीं देखना और एक गल पक्की है कि एक फिल्म है कि कि प्यार की फैमिली फिल्म है फैमिली ड्रामा है. तुम दो बार अपनी फैमिली अपने बच्चों ये फिल्म दे सकते हैं. सो प्लीज़ इस मूवी में भी देखियो और प्यार करो. थैंक यू सो मच जी. सरपंच जी साढ़े पंजाबी सिनेमा का सब तो खूबसूरत फेस और मैं कहांगा कि जे बॉलीवुड के ड्रीम गर्ल हेमा मालिनी भी याद किया जाता तो पंजाबी फिल्मों का बॉलीवुड का जे एक नाम लिए ड्रीम गर्ल कायनात अरोड़ा हालांकि इन्होंने बॉलीवुड भी बहुत किया साउथ दी फिल्मों भी किया पर पंजाबी सिनेमा के असी इन्होंने खुशामदीद कही सी फरार फिल्म के. सो इस फिल्म बारे गल करेंगे कायनात अरोड़ा. इससे अच्छा वेलकम क्या हो सकता है कि कुकी जी ने इतना प्यारा टैग दिया ड्रीम गर्ल का. आई होप कि मैं इस पर खरी उतरूँ और आप सबको निराश ना करूँ कल की पार्टी रिलीज हो रही है. ये कैसी फिल्म है जैसी फिल्म मैं करना चाहती थी शुरू से. परफॉर्मेंस ड्रिवन रोल है जैस्मिन और मैं ऐसी फिल्म करना चाहती थी जैसी फिल्म मैं देखना पसंद करती हूँ और नॉट इवन इन पंजाबी सिनेमा हमारी इंडियन सिनेमा में ऐसी स्क्रिप्ट या ऐसा सब्जेक्ट अभी तक नहीं आया था. और नव बाजवा ने एक फिल्म को लिखा और मुझे चूज़ किया फॉर जैस्मिन कि मैं आऊँ और इन सबको ठगूँ. सो इससे अच्छा मौका मेरे लिए नहीं हो सकता था. बट फिल्म देख के आपको पता चलेगा कि असली ठगनी कौन है. तो मोमो ठगनी जो सॉन्ग है काफ़ी हिट हो गया है एंड किटी पार्टी का ट्रेलर मिलियंस की तादाद में आगे बढ़ चुका है. आई होप आप सब लोग अपनी फैमिली के साथ तक जाइए और किटी पार्टी देखिए. फैमिली एंटरटेनमेंट है ड्रामा है मसाला है एंड एब्सोल्युटली पैसा वसूल फिल्म. आई थिंक इफ मेरे ख्याल साढ़े प्रोड्यूसर साहब भी इतने आ चुके हैं दिलजीत सिंह गढ़ी जी इफ इज हेयर तो सब ज्वाइन कर दिस वॉज ऑल फ्रॉम आर साइड. सो नाउ ऑल यूर्स इफ यू वांट आस्क समथिंग कोई गलबात पूछनी हो पूछ सकते जी असं साढ़े दिल से जो असं शेयर कर लेते. थैंक यू वेरी मच. दी मूवी आई थी रणबीर सिंह की सॉरी नाम स्किप कर रहा है बट उसमें वो कौन मैन बना था क्या कहीं ना कहीं हाँ लेडीज वर्सेस रिकी बहन उसमें वो कौन मैन था. नहीं ये जी बिल्कुल डिफरेंट है उस चीज़ को
ਉਹਦੇ 'ਚ ਇੱਕ ਅਲੱਗ ਤਰੀਕੇ ਨਾਲ ਉਹਨਾਂ ਨੂੰ ਦਿਖਾਇਆ ਗਿਆ, ਕਿਉਂਕਿ ਜਿਹੜਾ ਬੇਸ ਹੁੰਦਾ ਹੈ ਜੀ, ਉਹ ਅਗਰ ਇੱਕ ਰੋਮੈਂਟਿਕ ਸਟੋਰੀ ਬਣਾ ਰਹੇ ਹੋ ਤਾਂ ਮੁੰਡਾ ਕੁੜੀ ਨਹੀਂ ਪਿਆਰ ਕਰਨਾ, ਉਹਦੇ ਵਿੱਚ ਬਹੁਤ ਤਰ੍ਹਾਂ ਦੇ ਰਸ ਹੁੰਦੇ ਨੇ, ਅਲੱਗ ਅਲੱਗ ਸਟੋਰੀ ਲਾਈਨ ਵੇਰੀਏਸ਼ਨਸ ਹੁੰਦੀਆਂ ਨੇ। ਇਹਦੇ ਸਾਡੀ ਫਿਲਮ ਦਾ ਬੇਸ ਜ਼ਰੂਰ ਕੌਨ ਗਰਲ ਹੈ, ਪਰ ਵਿਚ ਇਜ਼ ਨੋਟ ਰਿਲੇਟਿਡ ਟੂ ਦੈਟ ਫਿਲਮ ਐਟ ਆਲ, ਸੋ ਇਹ ਬਿਲਕੁਲ ਅਲੱਗ ਚੀਜ਼ ਹੈ। ਸਰ, ਕਿੱਟੀ ਪਾਰਟੀ ਬੜਾ ਸੋਸ਼ਲ ਇੱਕ ਨੋਮ ਹੈ, ਸਪੈਸ਼ਲੀ ਵੱਡੇ ਸ਼ਹਿਰਾਂ ਦੇ ਵਿੱਚ, ਹੁਣ ਸੈਕਿੰਡ ਟਾਇਰ ਸ਼ਹਿਰਾਂ 'ਚ ਹੁੰਦਾ। ਕਿਆ ਜਿਹੜੀ ਤੁਹਾਡੀ ਮੂਵੀ ਕਿੱਟੀ ਪਾਰਟੀ ਹੈ, ਕਿਆ ਐਂਟਰਟੇਨਮੈਂਟ ਜਿਹੜੀ ਤੇਲ 'ਚ ਨਜ਼ਰ ਆਈ ਹੈ ਮੈਨੂੰ, ਕੋਂਗਰੈਟਸ। ਉਸਦੇ ਇਲਾਵਾ ਕਿਆ ਕਿੱਟੀ ਪਾਰਟੀ ਇੱਕ ਆਪਣੇ ਤਰੀਕੇ ਨਾਲ ਮੈਸੇਜ ਵੀ ਦੇ ਰਹੀ ਹੈ ਵੂਮੈਨ ਨੂੰ ਕਿ ਆਪਣੇ ਪੈਸੇ ਲਾਇਆ ਨਾ ਕਿਤੇ ਘਰ ਬੈਠਾ ਸੋਹਣੇ ਲੋਕਾਂ ਨੂੰ ਦੇਖ ਕੇ? ਸਰ ਬਿਲਕੁਲ, ਦੇਖੋ ਜਿਵੇਂ ਟ੍ਰੇਲਰ ਦੀ ਸ਼ੁਰੂਆਤ ਵਿੱਚ ਹੀ ਲਾਈਨ ਕਹੀ ਗਈ ਹੈ ਕਿ ਲਾਲਚ ਬਹੁਤ ਬੁਰੀ ਬਲਾ ਹੈ, ਸੋਚਣ ਨਾਲ ਹੀ ਸਮਝ ਆਉਂਦਾ ਹੈ ਕਿ ਇੱਕ ਲਾਲਚ ਜਿਹੜੀ ਚੀਜ਼ ਹੁੰਦੀ ਹੈ ਉਸ ਤੋਂ ਬਚ ਕੇ ਰਹਿਣਾ ਚਾਹੀਦਾ, ਕਿਉਂਕਿ ਅਗਰ ਇੱਕ ਵਾਰ ਕੋਈ ਤੁਹਾਨੂੰ ਕਹਿੰਦਾ ਹੈ ਕਿ ਲਿਆਓ ਜੀ ਮੈਂ ਤੁਹਾਡੇ 10-20 ਹਜ਼ਾਰ ਬਣਾ ਦਿੰਦਾ, ਉਹ ਬਣਾ ਵੀ ਦੇਵੇਗਾ, ਦੂਸਰੀ ਵਾਰ ਵੀ ਬਣਾ ਦੇਵੇਗਾ, ਤੀਸਰੀ ਵਾਰ, ਮਤਲਬ ਕਿ ਉਹ ਤੁਹਾਨੂੰ ਠੱਗੇਗਾ। ਸੋ ਇਹ ਇੱਕ ਬਹੁਤ ਵੱਡਾ ਮੈਸੇਜ ਹੈ। ਫਿਰ ਉਸ ਤੋਂ ਬਾਅਦ ਜੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਇੱਕ ਫਿਲਮ ਦੇਖਣ ਨੂੰ ਮਿਲੇਗਾ ਕਿ ਫੇਸਬੁੱਕ ਇੰਸਟਾਗ੍ਰਾਮ 'ਤੇ ਅਸੀਂ ਫੋਟੋਆਂ ਪਾ ਦਿੰਦੇ ਹਾਂ, ਕੋਈ ਲਾਈਕ ਕਰਦਾ ਸਾਨੂੰ ਬੜਾ ਵਧੀਆ ਲੱਗਦਾ ਜਿੱਦਾਂ ਮਨੀ ਜੀ ਨੇ ਕਿਹਾ, ਪਰ ਅਸੀਂ ਸਾਨੂੰ ਹਰ ਬੰਦੇ ਟਰੱਸਟ ਨਹੀਂ ਕਰਨਾ ਚਾਹੀਦਾ, ਉਹ ਵੀ ਹੈ ਬਾਕੀ ਜੀ ਜਿਹੜੇ ਹਰ ਘਰ 'ਚ ਹੁੰਦੀ ਹੈ ਹਸਬੈਂਡ ਵਾਈਫ ਦੇ ਵਿੱਚ, ਉਹ ਇਹਦੇ ਜ਼ਿਆਦਾ ਤੁਹਾਨੂੰ ਐਂਟਰਟੇਨ ਕਰੇਗੀ ਗੱਲਬਾਤ, ਮਨੋਰੰਜਨ। ਹਾਂ ਮਨੋਰੰਜਨ, ਬਿਲਕੁਲ। ਥੈਂਕ ਯੂ, ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ ਜੀ। ਇਟ ਵਾਜ਼ ਅ ਫੈਂਟੈਸਟਿਕ ਐਕਸਪੀਰੀਅੰਸ ਫੋਰ ਆਲ ਆਫ ਅਸ, ਕਿਉਂਕਿ ਇਹ ਪਹਿਲੀ ਪੰਜਾਬੀ ਫਿਲਮ ਹੈ ਜੋ ਗੋਆ ਸ਼ੂਟ ਹੋਈ ਹੈ ਇੰਨੇ ਲੰਬੇ ਸਟ੍ਰੈਚ ਦੇ ਉੱਤੇ, ਔਰ ਆਈ ਐਮ ਰੀਲੀ ਗਲੈਡ ਨਵਾਂ ਪ੍ਰੋਡਿਊਸਰ ਇਜ਼ ਆਲਸੋ ਹੇਅਰ, ਜਗੀਤ ਸਿੰਘ ਅੜੀ ਗੋਆ ਅਨਸਰ। ਸੋ ਸਾਡੀ ਸਟੋਰੀ ਦੀ ਸਕ੍ਰਿਪਟ ਦੀ ਡਿਮਾਂਡ ਸੀ ਕਿ ਅਸੀਂ ਫਿਲਮ ਨੂੰ, ਮੈਨੂੰ ਇਹੋ ਜਿਹੀ ਲੋਕੇਸ਼ਨ ਚਾਹੀਦੀ ਸੀ ਜੋ ਐਗਜ਼ੋਟਿਕ ਹੋਏ, ਜਿੱਥੇ ਤੁਸੀਂ ਬੀਚਿਸ ਦਿਖਾ ਸਕੋ, ਤੁਸੀਂ ਅਜੀਬ ਡਿਫਰੈਂਟ ਜੀ ਉਹ ਸਾਡੇ ਇੰਡੀਆ ਤੋਂ ਅੱਡ ਹੀ ਹੋਏ, ਐਂਡ ਗੋਆ ਇਜ਼ ਦਾ ਰਾਈਟ ਲੋਕੇਸ਼ਨ ਫੋਰ ਦੈਟ। ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਪੰਜਾਬੀ ਸੂਟ ਪਾ ਕੇ ਜਦੋਂ 4 ਲੇਡੀਜ਼ ਬੀਚ ਦੇ ਉੱਤੇ ਘੁੰਮਦੀਆਂ ਨੇ ਅਤੇ ਵਾਟਰ ਸਪੋਰਟਸ ਕਰਦੀਆਂ ਨੇ ਸੂਟ ਪਾ ਕੇ, ਅਤੇ ਉਹ ਕਿੱਦਾਂ ਦਾ ਮਾਹੌਲ ਕ੍ਰੀਏਟ ਹੁੰਦਾ। ਸੋ ਇਹ ਸਾਰੀ ਚੀਜ਼ਾਂ ਗੋਆ ਦੇ ਸ਼ੂਟ 'ਚ ਦੇਖਣ ਨੂੰ ਮਿਲੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਹਰੀ ਸਾਹਿਬ, ਪ੍ਰੋਡਿਊਸਰ ਸਰ ਮੈਰੀ ਪ੍ਰੋਡਕਸ਼ਨ ਹਾਊਸ ਐਂਡ ਫਰੈਂਕਲਿਨ ਐਂਟਰਟੇਨਮੈਂਟ, ਉਹਨਾਂ ਨੇ ਮਿਲ ਕੇ ਪ੍ਰੋਡਿਊਸ ਕੀਤੀ ਹੈ। ਪ੍ਰੋਡਿਊਸਰ ਇਜ਼ ਆਲਸੋ ਹੇਅਰ ਸਰ, ਪਲੀਜ਼। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਾਫੀ ਅੱਛਾ ਫੀਲ ਹੋ ਰਿਹਾ ਹੈ ਜੋ ਕਾਫੀ ਲੰਬੀ ਮਿਹਨਤ ਤੋਂ ਬਾਅਦ ਅਸੀਂ ਅੱਜ ਇੱਥੇ ਬੇਸਿਕਲੀ ਰੂਪ ਰੂਪ ਹੋਣ ਦਾ ਮੌਕਾ ਮਿਲਿਆ। ਔਰ ਪਿਕਚਰ ਦੇ ਬਾਰੇ ਅਗਰ ਮੈਂ ਕਹਾਂ ਕਿੱਡੀ ਪਾਰਟੀ, ਅਤੇ ਜਿਹਨੂੰ ਕਹਿੰਦੇ ਨੇ ਜਿਹੜੀ ਵੂਮੈਨ ਇੰਪਾਵਰਮੈਂਟ ਬੇਸਡ ਹੈਗਾ, ਲੇਡੀਜ਼ ਨੂੰ ਜਦੋਂ ਸ਼ਾਂਤ ਕੀ ਨਹੀਂ ਕਰ ਸਕਦੇ ਪਿਕਚਰ ਦੇ ਅੰਦਰ, ਉਹ ਬੇਸਿਕਲੀ ਉਸ 'ਤੇ ਫੋਕਸ ਜ਼ਿਆਦਾ ਕੀਤਾ ਗਿਆ। ਮੇਨਲੀ ਜਿਹੜੀ ਪਿਕਚਰ ਹੈਗੀ ਹੈ ਪੂਰੀ ਕੌਮੇਡੀ ਨੂੰ ਆ ਗਿਆ, ਮਤਲਬ ਬੈਕ ਟੂ ਬੈਕ ਪੰਚਸ ਨੇ ਕਿਤੇ ਵੀ ਕੋਰਨਰ ਨਹੀਂ ਆਏਗਾ ਕਿ ਮਤਲਬ ਹਰ ਦੂਸਰੇ ਸੈਕਿੰਡ ਵਾਰ ਪੰਚਸ ਆਉਣਗੇ, ਇਹਦੇ ਉੱਤੇ ਸਪੈਸ਼ਲੀ ਧਿਆਨ ਦਿੱਤਾ ਗਿਆ। ਔਰ ਸੈਟ ਬਾਈ ਸੈਟ ਇਹਦੇ ਅੰਦਰ ਮੈਂ ਦੱਸੂੰਗਾ ਕਿ ਪੰਜਾਬ ਦੀ ਜਿਹੜੀ 3 ਪੰਜਾਬੀ ਲੈਂਗੁਏਜ ਨੇ ਉਹਦੇ ਉੱਤੇ ਬੇਸਿਕਲੀ ਫੋਕਸ ਕੀਤਾ ਗਿਆ, ਆਪਣੀ ਮਾਂ ਬੋਲੀ 'ਤੇ ਫੋਕਸ ਕੀਤਾ ਗਿਆ, ਕਿਉਂਕਿ ਜਿਵੇਂ ਕੁੱਕੀ ਸਾਹਿਬ ਦੀ ਫੈਮਿਲੀ ਹੈ, ਪੱਲਾ ਸਾਹਿਬ ਦੀ ਫੈਮਿਲੀ ਹੈ, ਸਾਰਾ ਸਾਹਿਬ ਦੀ ਫੈਮਿਲੀ ਹੈ, ਇਹਦੇ ਨੂੰ ਇੱਕ ਇੱਕ ਮਤਲਬ ਅੱਡ ਅੱਡ ਆਪਣਾ ਲੈਂਗੁਏਜ ਪੰਜਾਬੀ, ਅਤੇ ਇਹਦੇ 'ਤੇ ਪੂਰਾ ਫੋਕਸ ਕੀਤਾ ਗਿਆ। ਔਰ ਜਿਵੇਂ ਆਈ ਥਿੰਕ ਮੈਂ ਹੁਣੇ ਆਇਆ ਤਾਂ ਕਾਫੀ ਸਾਰੀ ਚੀਜ਼ਾਂ ਤਾਂ ਹੋਈ ਨਹੀਂ ਹੋਣੀਆਂ, ਬਾਕੀ ਮੇਲ ਹੈ ਕਿ ਕੋਈ ਕੁਐਸਚਨ ਹੈ ਤੁਹਾਡਾ ਤਾਂ ਮੈਂ ਪਲੀਜ਼। ਜਿੰਨੀ ਡੀਪਲੀ ਇਹਨਾਂ ਨੇ ਆਈਡੀਆ ਸੋਚਿਆ ਸੀ, ਮੈਨੂੰ ਲੱਗਦਾ ਸ਼ਾਇਦ ਹੋਰ ਕੋਈ ਡਾਇਰੈਕਟਰ ਇਨਵੋਲਵ ਹੋਣ ਲੱਗੇ 2-3 ਮਹੀਨੇ ਲਾ ਦਿੰਦਾ ਉਸ ਸਕ੍ਰਿਪਟ ਵਿੱਚ, ਤੋਂ ਡਾਇਰੈਕਸ਼ਨ ਇਹਨਾਂ ਨੂੰ ਆਉਂਦੀ ਹੈ, ਕਰਦੇ ਨੇ ਪਹਿਲਾਂ ਵੀ ਟਵਾਈ, ਥਿੰਕ ਹੀ ਵਾਸ ਦਾ ਰਾਈਟ ਚੋਇਸ ਫੋਰ ਦਿਸ ਮੂਵੀ। ਜੀ ਫਿਲਮ ਦਾ ਮਿਊਜ਼ਿਕ ਜੀ ਉਦੋਂ ਮਨਾਤੀ ਐਂਡ ਡੀਜੇ ਫਲੋ ਇਹਨਾਂ ਨੇ ਰਲ ਕੇ ਦਿੱਤਾ ਹੈ। ਇਹਦੇ ਵਿੱਚ ਕਾਫੀ ਅੱਛੇ ਸਿੰਗਰਸ ਨੇ ਗਾਣੇ ਗਾਏ ਨੇ, ਨੂਰਾ ਸਿਸਟਰਸ ਦਾ ਮੋਮੋ ਠੱਗ ਨੇ ਜਿਹੜਾ ਥੀਮ ਸੌਂਗ ਹੈ ਸਾਡਾ ਫਿਲਮ ਦੇ ਵਿੱਚ ਵਿੱਚ ਆਏਗਾ, ਦੈਨ ਮੋਹਿਤ ਚੌਹਾਨ ਬਾਲੀਵੁੱਡ ਸਿੰਗਰ ਨੇ, ਹਰਸ਼ਦੀਪ ਕੌਰ, ਨਿੰਜਾ, ਰਣਜੀਤ ਬਾਵਾ, ਨਮਨ ਅੰਜਰਾ, ਸੋ ਹਰ ਤਰ੍ਹਾਂ ਦੀ ਵਰਾਇਟੀ ਗਾਣੇ ਦੇ ਇਹਦੇ ਵਿੱਚ ਜੋ ਤੁਹਾਨੂੰ ਸੁਣਨ ਨੂੰ ਮਿਲੇਗੀ। ਬਟ ਮੈਂ ਕੋਈ ਵੀ ਫਿਲਮ ਦਾ ਗਾਣਾ ਐਸਾ ਨਹੀਂ ਫਿਲਮਾਇਆ ਐਜ਼ ਅ ਡਾਇਰੈਕਟਰ ਜੋ ਕਿਸੇ ਡ੍ਰੀਮ ਸੀਕੁਐਂਸ ਵਿੱਚ ਆਡੀਅੰਸ ਨੂੰ ਲੈ ਜਾਵੇ, ਕਿਉਂਕਿ ਮੇਰਾ ਮੰਨਣਾ ਹੈ ਕਿ ਜਦੋਂ ਵੀ ਤੁਸੀਂ ਕਿਸੇ ਡ੍ਰੀਮ ਸੀਕੁਐਂਸ 'ਚ ਜਾਂਦੇ ਹੋ ਤੁਸੀਂ ਡਿਸਕਨੈਕਟ ਹੋ ਜਾਂਦੇ ਹੋ ਆਪਣੀ ਆਡੀਅੰਸ ਤੋਂ। ਸੋ ਅਗਰ ਸਪੋਜ਼ ਕੁੱਗੀ ਭਾਜੀ ਔਰ ਕਾਇਨਾਤ ਅਰੋੜਾ ਇੱਥੇ ਨੇ ਔਰ ਕੁੱਗੀ ਭਾਜੀ ਪਿਆਰ ਨਾਲ ਕਾਇਨਾਤ ਨੂੰ ਦੇਖ ਰਹੇ ਨੇ ਮੇਰੇ ਪਿੱਛੋਂ, ਅਤੇ ਇਸੀ ਸਿਚੁਏਸ਼ਨ ਉੱਤੇ ਗਾਣਾ ਘੁੰਮੇਗਾ, ਇਹ ਸਵਿਟਰਲੈਂਡ ਹੀ ਪਹੁੰਚਣਗੇ। ਸੋ ਦੈਟਸ ਹਾਊ ਦ ਫਿਲਮ ਇਜ਼ ਐਂਡ ਦੈਟਸ ਹਾਊ ਦ ਮਿਊਜ਼ਿਕ ਇਜ਼। ਤੋ ਸਰ ਕਿਸੇ ਹੋਰ ਨਾਲ ਲੱਗੇਗਾ ਇਧਰ ਦੋ ਬੈਠੀਆਂ ਨੇ।